ਭਾਰਤ ਦੇ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਰਿਪਬਲਿਕ ਡੇ ਪਰੇਡ ਦਾ ਹਿੱਸਾ ਬਣਨ ਤੱਕ ਦੀਆਂ ਬੁਲੰਦੀਆਂ ਹਾਸਲ ਕਰਨ ਵਾਲੇ ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾਂ ਦੇ NSS ਵਿਭਾਗ ਵੱਲੋਂ 7 ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦਾ ਆਯੋਜਨ ਬੜੇ ਉਤਸ਼ਾਹ ਨਾਲ ਕੀਤਾ ਗਿਆ। 31 ਮਾਰਚ 2018 ਨੂੰ ਕਾਲਜ ਕੈਂਪਸ ਵਿਖੇ ਪ੍ਰਿੰਸੀਪਲ ਡਾਕਟਰ ਸੰਗੀਤਾ ਹਾਂਡਾ ਦੀ ਸਰਪ੍ਰਸਤੀ ਅਧੀਨ ਸ਼ੁਰੂ ਹੋਇਆ ਇਹ ਕੈਂਪ ਅੱਜ 6 ਅਪ੍ਰੈਲ ਨੂੰ ਅਭੁੱਲੀ ਯਾਦਾਂ ਛੱਡਦਾ ਹੋਇਆ ਪ੍ਰਭਾਵਸ਼ਾਲੀ ਸਮਾਪਤੀ ਸਮਾਰੋਹ ਨਾਲ ਸਮਾਪਤ ਹੋਇਆ। ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਡਾਕਟਰ ਅਰਵਿੰਦ ਮੋਹਨ ਨੇ ਵਿਦਿਆਰਥੀਆਂ ਨਾਲ ਆਪਣੇ ਪ੍ਰਸ਼ਾਸਨਿਕ ਅਤੇ NSS ਸੰਬੰਧੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ NSS ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ ਨਾਲ ਸਮਾਜ ਸੇਵਾ, ਸ਼ਖਸੀਅਤ ਦੇ ਵਿਕਾਸ ਅਤੇ ਲੀਡਰਸ਼ਿਪ ਵਰਗੇ ਗੁਣ ਪੈਦਾ ਕਰਨ ਦੀ ਅਜਿਹੀ ਯੋਜਨਾ ਹੈ ਜਿਸ ਦੇ ਅਮਲੀ ਰੂਪ ਵਿੱਚ ਸੰਪੂਰਨ ਮਨੁੱਖ ਦੀ ਸਿਰਜਣਾ ਹੋ ਸਕਦੀ ਹੈ। ਇਹ ਜੀ ਰਾਸ਼ਟਰੀ ਸੇਵਾ ਯੋਜਨਾ ਦਾ ਜਿਹੜਾ ਕੈਂਪ ਹੈ, 7 ਰੋਜ਼ਾ ਕੈਂਪ ਜਿਹੜਾ ਅਸੀਂ ਸ਼ੁਰੂ ਕੀਤਾ ਸੀਗਾ ਜੀ 31 ਮਾਰਚ ਤੋਂ। 31 ਮਾਰਚ ਤੋਂ ਲੈ ਕੇ ਅੱਜ 7ਵਾਂ ਦਿਨ ਹੈ ਜੀ ਸਾਡਾ ਇਸ ਕੈਂਪ ਦਾ। ਇਸ ਦੇ ਵਿੱਚ ਸਾਡੇ ਕੋਲ 125 ਯੂਨਿਟਾਂ ਨੇ ਜਿਹਦੇ ਵਿੱਚ ਅਸੀਂ 250 ਬੱਚੇ ਅਨਰੋਲਡ ਕਰਦੇ ਹਾਂ। 125 ਜਿਹੜੇ ਵਲੰਟੀਅਰਸ ਨੇ ਉਹਨਾਂ ਦਾ ਅਸੀਂ ਕੈਂਪ ਲਾਉਣਾ 50% ਦਾ, ਅਤੇ ਇਸ ਦੇ ਵਿੱਚ 125 ਜਿਹੜੇ ਵਲੰਟੀਅਰ ਉਹਨਾਂ ਨੇ ਭਾਗ ਲਿਆ, ਅਤੇ 7 ਰੋਜ਼ਾ ਕੈਂਪ ਦੇ ਵਿੱਚ ਅਸੀਂ ਇਹਨਾਂ ਨੂੰ ਹੱਥੀਂ ਕੰਮ ਕਰਨਾ ਜਿਹੜਾ ਅਸੀਂ ਸਿਖਾਉਂਦੇ ਹਾਂ। NSS ਦਾ ਮੇਨ ਮੰਤਵ ਇਹ ਹੈ ਕਿ ਹੱਥੀਂ ਕਿਰਤ ਕਰਨੀ, ਕਿਤੇ ਵੀ ਜਾਓ ਤਾਂ ਜੋ ਜੀਵਨ ਦੇ ਵਿੱਚ ਤੁਹਾਨੂੰ ਕਿਤੇ ਵੀ ਹੱਥੀਂ ਕੰਮ ਕਰਨਾ ਪੈ ਜਾਵੇ, ਤੁਸੀਂ ਗੁਰੇਜ ਨਾ ਕਰੋ, ਕਿਸੇ ਤਰ੍ਹਾਂ ਦੀ ਹਾਨੀ ਮਹਿਸੂਸ ਨਾ ਕਰੋ ਕੰਮ ਕਰਨ ਦੀ, ਕੰਮ ਭਾਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ। ਸੋ ਅਸੀਂ ਇਹਨਾਂ ਕੈਂਪਾਂ ਦੇ ਦੌਰਾਨ ਜਦੋਂ ਅਸੀਂ NSS ਦੇ ਕੈਂਪ ਲਾਉਣੇ, ਇਹਨਾਂ ਕੈਂਪਾਂ ਦੇ ਦੌਰਾਨ ਅਸੀਂ ਅਜਿਹਾ ਵਲੰਟੀਅਰ ਨੂੰ, ਸਾਰੇ ਵਲੰਟੀਅਰ ਨੂੰ ਅਜਿਹਾ ਕੰਮ ਜਿਹੜਾ ਅਸੀਂ ਕਰਨਾ ਸਿਖਾਉਂਦੇ ਹਾਂ। ਕਾਲਜ ਦੇ ਵਿੱਚ, ਕੈਂਪਸ ਦੇ ਵਿੱਚ ਅਸੀਂ ਇਹ ਕੈਂਪ ਲਾਇਆ, ਕਾਲਜ ਕੈਂਪਸ ਦੀ ਅਸੀਂ ਸਾਰੇ ਆਲੇ ਦੁਆਲੇ ਤੋਂ ਇਸਦੀ ਸਫਾਈ ਸਫਰ ਵਿੱਚ ਅਸੀਂ ਅਲੱਗ ਅਲੱਗ ਜਿਹੜੇ ਕੈਂਪ ਦੇ ਦੌਰਾਨ ਪ੍ਰੋਜੈਕਟ ਵਰਕ 2 ਘੰਟਿਆਂ ਦਾ ਰੱਖਦੇ ਹਾਂ। ਅਸੀਂ ਸ਼ਾਮ ਨੂੰ ਜਿਹੜਾ ਸੈਸ਼ਨ ਹੁੰਦਾ ਸਾਡਾ, ਉਸਦੇ ਵਿੱਚ ਅਸੀਂ ਅਲੱਗ ਅਲੱਗ ਜਿਹੜੇ ਬੁਲਾਰੇ ਜਿਹੜੇ ਅਸੀਂ ਬੁਲਾਉਂਦੇ ਹਾਂ ਐਕਸਪਰਟ, ਉਸਦੇ ਵਿੱਚ ਅਸੀਂ ਟ੍ਰੈਫਿਕ ਇੰਚਾਰਜ ਜਿਹੜੇ ਆ ਅਸੀਂ ਉਹਨਾਂ ਨੂੰ ਬੁਲਾ ਕੇ ਇਹਨਾਂ ਦੇ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਇਹਦੇ ਵਿੱਚ ਦਿੱਤੀ ਗਈ। ਇਸ ਤੋਂ ਇਲਾਵਾ ਨਸ਼ਾ ਮੁਕਤ ਦੇ ਉੱਤੇ ਬੋਲਿਆ ਗਿਆ, ਅਲੱਗ ਅਲੱਗ ਪ੍ਰੋਫੈਸਰ ਸਾਹਿਬ ਆਣ ਮੈਨੂੰ ਸੱਭਿਆਚਾਰ ਕਲਚਰ ਅਤੇ ਗੁਰੂ ਗ੍ਰੰਥ ਸਾਹਿਬ 'ਤੇ ਬੋਲਿਆ ਗਿਆ, ਵਲੰਟੀਅਰ ਨੂੰ ਦੱਸਿਆ ਗਿਆ। ਇਸ ਤੋਂ ਇਲਾਵਾ ਅਸੀਂ ਫਸਟ ਏਡ ਦੇ ਲਈ ਜਿਹੜੇ ਸਾਡੇ ਸਪੈਸ਼ਲਾਈਜੇਸ਼ਨ ਰੱਖਦੇ ਆ ਕਾਕਾ ਰਾਮ ਜੀ, ਉਹ ਵੀ ਸਾਡੇ ਦਰਮਿਆਨ ਜਿਹੜੇ ਉਹ ਬੋਲੇ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਆਪਣੇ ਢੰਗ ਦੇ ਨਾਲ ਵਿਦਿਆਰਥੀਆਂ ਨੂੰ ਫਸਟ ਏਡ ਜਿਹੜੀ ਕਿਸ ਤਰ੍ਹਾਂ ਜਿਹੜੀ ਹੈ ਇੱਕ ਪੇਸ਼ੈਂਟ ਨੂੰ ਦਿੱਤੀ ਜਾਂਦੀ ਹੈ ਉਸਦੇ ਬਾਰੇ ਦਿੱਤੇ। ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਨੂੰ ਲਾਹੇਵੰਦ ਹੋ ਸਕਦੇ ਹਨ? ਬਿਲਕੁਲ, ਜੇਕਰ ਵਿਦਿਆਰਥੀ ਇਸ ਤਰ੍ਹਾਂ ਦੇ ਕੈਂਪ ਅਟੈਂਡ ਕਰਨ ਤਾਂ ਉਹ ਆਪਣੇ ਜੀਵਨ ਨੂੰ ਸਫਲ ਜੀਵਨ ਬਤੀਤ ਕਰ ਸਕਦੇ ਆ, ਇੱਕ ਚੰਗਾ ਨਾਗਰਿਕ ਬਣ ਸਕਦੇ ਆ, ਉਹ ਸਮਾਜ ਦੇ ਮਦਦਗਾਰ ਬਣ ਸਕਦੇ ਆ। ਸਮਾਜ ਦੇ ਵਿੱਚ ਜਿੰਨੀਆਂ ਵੀ ਕਰੀਤੀਆਂ ਨੇ ਉਹਨਾਂ ਦਾ ਇਸੇ ਡਿਸਕਸ਼ਨ ਹੁੰਦਾ ਕਿ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾਂਦਾ ਇਹਨਾਂ ਕੈਂਪਾਂ ਦੇ ਵਿੱਚ। ਸੋ ਇਸੇ ਤਰ੍ਹਾਂ ਅਸੀਂ ਉਹਨਾਂ ਨੂੰ ਸਿਖਾਉਂਦੇ ਹਾਂ ਬਕਾਇਦਾ ਵੀ ਤੁਸੀਂ ਕੈਂਪ ਕਿਸ ਤਰ੍ਹਾਂ ਜਿਹੜੀਆਂ ਸਮੱਸਿਆਵਾਂ ਨੇ ਸਮਾਜ ਦੀਆਂ ਉਹਨਾਂ ਨੂੰ ਕਿਵੇਂ ਤੁਸੀਂ ਫੇਸ ਕਰਨਾ, ਕਿਵੇਂ ਹੱਲ ਕਰਨਾ। ਕੈਂਪ ਜੋ ਚੱਲ ਰਿਹਾ ਇਹਦੇ ਵਿੱਚ ਮੈਂ ਫਸਟ ਏਡ ਬਾਰੇ, ਰੋਡ ਸੇਫਟੀ ਬਾਰੇ, ਨਸ਼ਿਆਂ ਬਾਰੇ ਅਤੇ ਚੰਗੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ, ਕਿਉਂਕਿ ਅਸੀਂ ਸਮਝਦੇ ਹਾਂ ਜੇ ਸਮਾਜ ਅੱਛਾ ਬਣ ਜਾਏਗਾ ਤਾਂ ਨੌਜਵਾਨਾਂ ਰਾਹੀਂ ਬਣੇਗਾ। ਸੋ ਸਾਡੀ ਇਹ ਕੋਸ਼ਿਸ਼ ਵੀ ਆ ਅਤੇ ਜ਼ਰੂਰਤ ਵੀ ਆ ਕਿ ਅਸੀਂ ਬੱਚਿਆਂ ਨੂੰ ਭਟਕੇ ਹਾਂ ਤਾਂ ਸਮਝਾਈਏ, ਬੱਚੇ ਕੋਈ ਕਮਲਾ ਹੋ ਗਿਆ ਤਾਂ ਉਹਨੂੰ ਸਮਝਾਈਏ, ਤਾਂ ਕਿ ਸਾਡਾ ਦੇਸ਼, ਸਾਡਾ ਪਰਿਵਾਰ ਰੋਵੇ ਨਾ। ਅੱਜ ਸੜਕਾਂ ਦੇ ਉੱਪਰ ਅਤੇ ਦੂਸਰੀ ਥਾਵਾਂ 'ਤੇ ਮੌਤਾਂ ਹੀ ਮੌਤਾਂ ਹੋ ਰਹੀਆਂ ਹੈ, ਜਿਸ ਕਰਕੇ ਪਰਿਵਾਰ ਰੋ ਰਹੇ ਹਾਂ। ਸੋ ਸਾਡੀ ਤਾਂ ਇਹ ਕੋਸ਼ਿਸ਼ ਆ ਵੀ ਇੱਕ ਨੂੰ ਇੱਕ ਪੜਾਵੇ ਤਾਂ ਸਾਰਾ ਸੰਸਾਰ ਇਹ ਪੜ ਜਾਵੇ। ਤੋ ਇਹ ਕੋਸ਼ਿਸ਼ ਬਹੁਤ ਅੱਛੀ ਹੈ, NSS ਕੈਂਪ ਲੱਗਿਆ ਹੈ, ਇਹਨਾਂ ਨੇ ਬੱਚਿਆਂ ਨੂੰ ਵੱਖ ਵੱਖ ਵਿਸ਼ਿਆਂ 'ਤੇ ਜਾਣਕਾਰੀ ਦਿੱਤੀ ਹੈ। ਤੋ ਅੱਜ ਮੈਂ ਫਸਟ ਏਡ ਬਾਰੇ ਦੱਸਿਆ ਵੀ ਅੱਜ ਕੱਲ੍ਹ ਜ਼ਿਆਦਾ ਲੋਕ ਅਚਾਨਕ ਗਿਰ ਜਾਂਦੇ ਆ ਅਤੇ ਮਰ ਜਾਂਦੇ ਆ, ਜਿਵੇਂ ਕਲਾਮ ਸਾਹਿਬ ਦੀ ਡੈਥ ਹੋਈ ਸੀ, ਸ਼੍ਰੀ ਦੇਵੀ ਦੀ ਹੋਈ ਆ। ਤੋ ਇਹੋ ਜਿਹੇ ਵੇਲੇ ਆਪਾਂ ਅਚਾਨਕ ਗਿਰੇ ਬੰਦੇ ਨੂੰ ਬਚਾਉਣ ਲਈ ਕਿਆ ਕਰ ਸਕਦੇ ਹਾਂ ਤਾਂ ਕਿ ਉਹ ਮਰੇ ਨਾ? ਅਤੇ ਅਸੀਂ ਇਹ ਗਰੰਟੀ ਨਾਲ ਕਹਿ ਸਕਦੇ ਹਾਂ ਜੇ 30% ਕਰ ਦਿਓ ਤਾਂ ਕਰੀਬ 60% ਲੋਕ ਜਿਹੜੇ ਮਰ ਸਕਦੇ ਆ ਬਚ ਸਕਦੇ ਆ। ਤੋ ਇਸ ਤਰ੍ਹਾਂ ਦੀ ਟ੍ਰੇਨਿੰਗ, ਇਸ ਤਰ੍ਹਾਂ ਦੇ ਕੈਂਪ ਲਗਾਤਾਰ ਲੱਗਦੇ ਰਹਿਣ ਤਾਂ ਕਿ ਅਸੀਂ ਸਮਾਜ ਨੂੰ ਅੱਛਾ ਬਣਾ ਸਕੀਏ। ਤੋ ਮੈਂ ਕੀਰਤੀ ਕਾਲਜ ਪਾਤੜਾਂ ਦੇ ਪ੍ਰਿੰਸੀਪਲ ਅਤੇ ਟੀਚਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੈਂਪ ਲਾਇਆ ਅਤੇ ਇਹੋ ਜਿਹੀ ਅੱਛੀ ਜਾਣਕਾਰੀ ਬੱਚਿਆਂ ਨੂੰ ਸਾਂਝੀ ਕਰੀ। ਥੈਂਕ ਯੂ। ਸਮੁੱਚੇ ਕੈਂਪ ਦੌਰਾਨ ਹਰਵਿੰਦਰ ਕੌਰ, ਮਨਜੀਤ ਸਿੰਘ ਹੰਸ ਬੈਸਟ ਵਲੰਟੀਅਰ ਚੁਣੇ ਗਏ, ਜਦਕਿ ਹਰਪ੍ਰੀਤ ਕੌਰ ਤੇ ਗੁਰਪ੍ਰੀਤ ਸਿੰਘ ਬੈਸਟ ਗਰੁੱਪ ਲੀਡਰ ਚੁਣੇ ਗਏ। ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।